ਕਿੱਥੇ ਰਹਿੰਦਾ ਸੀ? ਆ ਇੱਥੇ ਹੀ ਆ ਬੰਨੇ ਪਾਸੇ ਸੀ ਰਹਿੰਦਾ। ਕਿੰਨੇ ਦਿਨ ਤੋਂ ਘਰ ਨਹੀਂ ਆਇਆ ਸੀ? 3-4 ਦਿਨ ਹੋ ਗਏ ਸੀ। ਮੈਂ ਤਾਂ ਕਿਹਾ ਇੱਥੇ ਅੱਗੇ ਵੀ ਆ ਜਾਂਦਾ ਆ। ਅੱਛਾ ਆ ਜਾਊਂਗਾ ਮੈਂ ਤਾਂ ਲੋਕਾਂ ਦੇ ਘਰ ਦੇ ਕੰਮ ਕਰਦੀ। ਮੈਂ ਕਹਿੰਦਾ ਚਲੋ ਰੋਟੀ ਬਣੀ ਪਈ ਖਾ ਲਓ ਗਾਣ ਕੇ। ਮੈਨੂੰ ਇਹ ਨਹੀਂ ਸੀ ਪਤਾ, ਮੈਨੂੰ ਇਹ ਨਹੀਂ ਪਤਾ। ਹਾਂ ਸਲਾਹ ਮਿਲੀ ਹੈ, ਮੈਂ ਇੱਕ ਡੈਡ ਬੋਡੀ ਜ਼ਖੀਰੇ ਦੇ ਵਿੱਚ ਘਾਹ ਫੂਕ ਦੇ ਵਿੱਚ ਪਈ ਆ ਅਤੇ ਮੌਕੇ 'ਤੇ ਪੁੱਜੇ ਆ। ਬਾਕੀ ਜੋ ਅਗਲੇ ਪਾਸੇ ਤਫਤੀਸ਼ ਸਾਹਮਣੇ ਆਉਂਦੀ ਉਹਦੇ ਮੁਤਾਬਕ ਜੋ ਬਣਦੀ ਕਰ ਰਹੀ ਆ। ਉਹਨਾਂ ਦੇ ਵਾਰਸਾਂ ਦਾ ਵਾਰਸ ਵੀ ਆ ਰਿਹਾ, ਵਾਰਸਾਂ ਵੱਲੋਂ ਜੋ ਬਿਆਨ ਦੇਣਗੇ। ਕੀ ਨਾਂ ਜੀ ਦਾ? ਇਹਦਾ ਨਾਂ ਪਤਾ ਲੱਗਾ ਬਿੰਦਰ, ਪਿਤਾ ਦਾ ਨਾਮ ਮੋਹਨ ਲਾਲ ਆ ਅਤੇ ਡਾਕਟਰ ਅੰਬੇਦਕਰ ਕਲੋਨੀ ਗੜਾ ਰੋਡ ਫੜੌਤਾ ਰਿਹਾ ਇਹਨਾਂ ਦਾ। ਕਿੰਨੇ ਦਿਨਾਂ ਤੋਂ ਇਹ ਮਰਿਆ ਲੱਗਦਾ? ਅਜੇ ਫਿਲਹਾਲ ਕੁਛ ਨਹੀਂ ਦੱਸ ਸਕਦੇ ਉਹਦੇ, ਜੋ ਵਾਰਸ ਲਿਖਾਉਣਗੇ। ਪਰ ਇੰਨਾ ਕੁ ਪਤਾ ਲੱਗਾ ਵੀ 3-4 ਦਿਨ ਤੋਂ ਘਰ ਨਹੀਂ ਸੀ। ਅੱਛਾ, ਲਾਸ਼ ਵੀ ਖਾਧੀ ਖੁਦੀ ਲੱਗਦੀ? ਹਾਂ, ਜਾਨਵਰਾਂ ਵੱਲੋਂ ਖਾਧੀ ਆ ਜਿਹੜਾ ਕੁਛ ਲਾਸ਼ ਦਾ ਹਿੱਸਾ, ਮੂੰਹ ਇਹਦਾ ਮੂੰਹ ਵਗੈਰਾ ਜਿਹੜਾ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਦੁਖੀ ਭੈਣ ਭਰਾ ਦੇ ਸੱਚੇ ਹਮਦਰਦ ਬਾਬਾ ਅਫਜ਼ਲ ਖਾਨ 9-8-94-84-580। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬੁਰੇ ਸੁਪਨੇ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ। ਇਟਸ ਮਾਈ ਪ੍ਰੋਮਿਸ। ਬਾਬਾ ਅਫਜ਼ਲ ਖਾਨ 9-8-94-84-580।